ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਮੈਂ ਕਿਰਨਦੀਪ ਕੌਰ ਅੱਜ ਆਪਾਂ ਜਮਾਤ 9ਵੀਂ ਦੀ ਪੰਜਾਬੀ ਪਾਠ ਪੁਸਤਕ ਪੰਜਾਬੀ ਵਿਰਸਾ ਵਿੱਚੋਂ ਲੋਕ ਕਹਾਣੀਆਂ ਵਿੱਚੋਂ ਨੀਤੀ ਕਥਾ ਟਾਲੀ ਮੇਰੇ ਬੱਚੇ ਪੜਨ ਜਾ ਰਹੇ ਹਾਂ ਆਓ ਮਿਲ ਕੇ ਕਹਾਣੀ ਪੜ੍ਹਦੇ ਹਾਂ ਟਾਲੀ ਮੇਰੇ ਬੱਚੇ ਇੱਕ ਵਾਰੀ ਇੱਕ ਚਿੜੀ ਨੇ ਟਾਲੀ ਉੱਤੇ ਆਲਣਾ ਪਾ ਕੇ ਕੁਝ ਅੰਡੇ ਦਿੱਤੇ ਜਦੋਂ ਉਹਨਾਂ ਵਿੱਚੋਂ ਬੱਚੇ ਨਿਕਲੇ ਤਾਂ ਉਹ ਬੜਾ ਖੁਸ਼ ਹੋਈ ਚਿੜੀ ਜ਼ਿਮੀਦਾਰ ਦੇ ਖੇਤੋਂ ਦਾਣਾ ਚੁੱਕ ਕੇ ਆਪਣਿਆਂ ਤੇ ਬੱਚਿਆਂ ਦਾ ਢਿੱਡ ਭਰਦੀ ਜ਼ਿਮੀਦਾਰ ਜਿਉਂ ਹੀ ਚਿੜੀ ਨੂੰ ਬਾਜਰੇ ਦੇ ਖੇਤ ਚੋਂ ਉਡਾਉਂਦਾ ਬਾਜਰੇ ਦੇ ਸਿੱਟੇ ਖਰਾਬ ਹੋ ਜਾਂਦੇ ਹਾਂਜੀ ਪਿਆਰੇ ਬੱਚਿਓ ਇਸ ਪੈਰੇ ਚ ਪਤਾ ਚੱਲਿਆ ਚਿੜੀ ਨੇ ਕਿਸ ਦਰਖਤ ਤੇ ਆਲਣਾ ਪਾਇਆ ਸੀ ਟਾਲੀ ਤੇ ਠੀਕ ਹੈ ਜੀ ਫੇਰ ਚਿੜੀ ਜ਼ਿਮੀਦਾਰ ਦੇ ਕਿਸ ਖੇਤ ਵਿੱਚੋਂ ਦਾਣੇ ਚੁਗਦੀ ਸੀ ਬਾਜਰੇ ਦੇ ਖੇਤ ਵਿੱਚੋਂ ਹਾਂਜੀ ਆਓ ਇੱਕ ਦਿਨ ਜ਼ਿਮੀਦਾਰ ਨੇ ਤਰਕੀਬ ਲੜਾ ਕੇ ਚਿੜੀ ਨੂੰ ਫੜ ਲਿਆ ਚਿੜੀ ਨੇ ਬੜੇ ਤਰਲੇ ਕੀਤੇ ਕਿ ਮੈਨੂੰ ਛੱਡ ਦੇ ਕਿ ਉਹ ਫੜਿਆ ਜੀ ਚਿੜੀ ਨੂੰ ਜ਼ਿਮੀਦਾਰ ਨੇ ਕਿਉਂਕਿ ਉਸ ਦੇ ਬਾਜਰੇ ਦੇ ਸਿੱਟੇ ਚਿੜੀ ਖਰਾਬ ਕਰ ਦਿੰਦੀ ਸੀ ਜਦੋਂ ਉਹ ਦਾਣਾ ਚੁਗਦੀ ਸੀ ਪਰ ਜ਼ਿਮੀਦਾਰ ਨਾ ਮੰਨਿਆ ਤੇ ਕੈਨ ਲੱਗਿਆ ਕਿ ਉਹ ਉਸ ਨੂੰ ਰਾਜੇ ਕੋਲ ਕੈਦ ਕਰਵਾ ਕੇ ਛੱਡੇਗਾ ਜ਼ਿਮੀਦਾਰ ਚਿੜੀ ਨੂੰ ਫੜ ਕੇ ਤੁਰ ਪਿਆ ਰਸਤੇ ਵਿੱਚ ਦੋਹਾਂ ਨੂੰ ਇੱਕ ਘੋੜਾ ਸਵਾਰ ਮਿਲਿਆ ਚਿੜੀ ਨੇ ਕੋੜਸਵਾਰ ਨੂੰ ਮਿੰਤ ਕੀਤੀ ਕਿ ਉਹ ਉਸ ਨੂੰ ਛੁੜਾ ਦੇਵੇ ਹੁਣ ਜ਼ਿਮੀਦਾਰ ਚਿੜੀ ਨੂੰ ਫੜ ਕੇ ਲੈ ਜਾ ਰਿਹਾ ਤਾਂ ਰਸਤੇ ਵਿੱਚ ਉਹਨਾਂ ਨੂੰ ਕੌਣ ਮਿਲਦਾ ਹੈ ਕੋੜਸਵਾਰ ਚਿੜੀ ਸਭ ਤੋਂ ਪਹਿਲਾਂ ਕਿਸ ਦੀ ਮਿੰਤ ਕਰ ਰਹੀ ਹੈ ਕੋੜਸਵਾਰ ਦੀ ਜਿਹੜੀ ਕਹਿਣ ਲੱਗੀ ਵੇ ਕੋੜੇ ਦੇ ਅਸਵਾਰਾ ਲਕਟੂ ਨੂੰ ਟ ਨੂੰ ਟਾਲੀ ਮੇਰੇ ਬੱਚੇ ਲਕਟੂ ਨੂੰ ਟ ਨੂੰ ਚੱਖੜ ਚੁੱਲਲੇ ਉੱਡ ਜਾਣਗੇ ਲਕਟੂ ਨੂੰ ਟ ਨੂੰ ਮੀ ਪਿਆ ਮਰ ਜਾਣਗੇ ਲਕਟੂ ਨੂੰ ਟ ਨੂੰ ਹਾਂਜੀ ਚੱਖੜ ਚੱਖੜ ਚੁੱਲਲੇ ਹਨੇਰੀ ਆਏਗੀ ਉਦੋਂ ਬੱਚੇ ਕੀ ਕਰਨਗੇ ਉੱਡ ਜਾਣਗੇ ਮੀ ਪਿਆ ਮਰ ਜਾਣਗੇ ਚਿੜੀ ਆਪਣੇ ਬੱਚਿਆਂ ਲਈ ਫਿਕਰਮੰਦ ਸੀ ਕਿਉਂਕਿ ਉਹ ਉਹਨਾਂ ਕੋਲ ਪਹੁੰਚਣਾ ਚਾਹੁੰਦੀ ਸੀ ਪਰ ਜ਼ਿਮੀਦਾਰ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ ਜਿਹੜੀ ਆਪਣੇ ਬੱਚਿਆਂ ਲਈ ਫਿਕਰਮੰਦ ਉਹਨਾਂ ਕੋਲੇ ਪਹੁੰਚਣਾ ਚਾਹੁੰਦੀ ਸੀ ਪਰ ਜ਼ਿਮੀਦਾਰ ਉਸ ਨੂੰ ਛੱਡ ਨਹੀਂ ਰਿਹਾ ਸੀ ਚਿੜੀ ਕਾਫੀ ਪਰੇਸ਼ਾਨ ਸੀ ਚਿੜੀ ਦੀ ਸਥਿਤੀ ਵੇਖ ਕੇ ਘੋੜਸਵਾਰ ਨੂੰ ਤਰਸ ਆ ਗਿਆ ਉਹ ਜ਼ਿਮੀਦਾਰ ਨੂੰ ਕਹਿਣ ਲੱਗਿਆ ਭਰਾਵਾ ਮੇਰਾ ਘੋੜਾ ਲੈ ਲੈ ਪਰ ਚਿੜੀ ਨੂੰ ਛੱਡ ਦੇ ਵਾਰ ਜੀਮੀਦਾਰ ਅੜਬ ਸੁਭਾ ਦਾ ਸੀ ਨਾ ਮੰਨਿਆ ਅੜਬ ਸੁਭਾ ਬਹੁਤ ਗੁੱਸੇ ਵਾਲਾ ਧੋੜੀ ਦੂਰ ਹੋਰ ਚੱਲੇ ਤਾਂ ਇੱਕ ਸ਼ਖਸ਼ ਹਾਥੀ ਤੇ ਸਵਾਰ ਮਿਲਿਆ ਚਿੜੀ ਉਸ ਕੋਲ ਆਪਣਾ ਦੁਖੜਾ ਫੋਲਣ ਲੱਗੀ ਦੁਖੜਾ ਫੋਲਣਾ ਆਪਣੀ ਤਕਲੀਫ ਦੱਸਣਾ ਆਪਣਾ ਦਰਦ ਦੱਸਣਾ ਚਿੜੀ ਨੇ ਫੇਰ ਫਰਿਆਦ ਕੀਤੀ ਹੁਣ ਪਿਆਰੇ ਬੱਚਿਓ ਚਿੜੀ ਨੂੰ ਦੂਸਰੀ ਵਾਰ ਕੌਣ ਮਿਲਦਾ ਹੈ ਹਾਥੀ ਸਵਾਰ ਹੁਣ ਹਾਥੀ ਸਵਾਰ ਕੋਲ ਚਿੜੀ ਆਪਣਾ ਦੁੱਖੜਾ ਦੱਸਦੀ ਐ ਵੇ ਹਾਥੀ ਦੇ ਸਵਾਰਾ ਲਕ ਟੂਨੂ ਟੂਨੂ ਟਾਲੀ ਮੇਰੇ ਬੱਚੇ ਲਕ ਟੂਨੂ ਟੂਨੂ ਝੱਖੜ ਚੁੱਲ੍ਹੇ ਉੱਡ ਜਾਣਗੇ ਲਕਟੂ ਨਟੂ ਨੂ ਮੀ ਪਿਆ ਮਰ ਜਾਣਗੇ ਲਕਟੂ ਨਟੂ ਉਸੇ ਤਰ੍ਹਾਂ ਹਾਥੀ ਦੇਸਵਾਰ ਨੂੰ ਵੀ ਆਪਣਾ ਸਾਰਾ ਦੁੱਖੜਾ ਦੱਸਦੀ ਹੈ ਕਿ ਟਾਲੀ ਤੇ ਮੇਰੇ ਬੱਚੇ ਨੇ ਜੇ ਚਖੜ ਹਨੇਰੀ ਆਏਗੀ ਤਾਂ ਮੇਰੇ ਬੱਚੇ ਉੱਡ ਜਾਣਗੇ ਤੇ ਜੇ ਮੀ ਪੈ ਗਿਆ ਤਾਂ ਮੇਰੇ ਬੱਚੇ ਮਰ ਜਾਣਗੇ ਚਿੜੀ ਦੀ ਤਰਸਯੋਗ ਹਾਲਤ ਵੇਖ ਕੇ ਹਾਥੀ ਸਵਾਰ ਨੇ ਵੀ ਜ਼ਿਮੀਦਾਰ ਨੂੰ ਕਿਹਾ ਹੁਣ ਹਾਥੀ ਨੂੰ ਵੀ ਉਸਦੇ ਤਰਸ ਆਇਆ ਕਿ ਵੇ ਭਾਈ ਮੇਰਾ ਹਾਥੀ ਲੈ ਲੈ ਚਿੜੀ ਨੂੰ ਛੱਡ ਦੇ ਪਰ ਜ਼ਿਮੀਦਾਰ ਫੇਰ ਨਾ ਮੰਨਿਆ ਆਖਰ ਜ਼ਿਮੀਦਾਰ ਨੇ ਚਿੜੀ ਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਹੁਣ ਫਰਿਆਦ ਕੀਤੀ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਚਿੜੀ ਵਿਚਾਰੀ ਡਰਦੀ ਕੀ ਕਰਦੀ ਚਿੜੀ ਵਿਚਾਰੀ ਚੁੱਪ ਹੋ ਗਈ ਜਦੋਂ ਉਹ ਦੋਵੇਂ ਰਾਜੇ ਦੇ ਦਰਬਾਰ ਪਹੁੰਚੇ ਤਾਂ ਜ਼ਿਮੀਦਾਰ ਨੇ ਚਿੜੀ ਵਿਰੁੱਧ ਸ਼ਿਕਾਇਤ ਕੀਤੀ ਰਾਜੇ ਨੇ ਜਿਉਂ ਹੀ ਚਿੜੀ ਤੋਂ ਜਵਾਬ ਮੰਗਿਆ ਚਿੜੀ ਕਹਿ ਲੱਗੀ ਰਾਜਾ ਜੀ ਮੈਂ ਕਾਫੀ ਸਮੇਂ ਤੋਂ ਇਸ ਖੇਤ ਵਿੱਚ ਰਹਿ ਰਹੀ ਹਾਂ ਹੁਣ ਜ਼ਿਮੀਦਾਰ ਰਾਜੇ ਕੋਲੇ ਲੈ ਗਿਆ ਚਿੜੀ ਨੂੰ ਹੁਣ ਜੇ ਮੇਰਾ ਰਾਜਾ ਚਿੜੀ ਤੋਂ ਜਵਾਬ ਮੰਗਦਾ ਹੈ ਤਾਂ ਚਿੜੀ ਜਵਾਬ ਦਿੰਦੀ ਹੈ ਕਿ ਮੈਂ ਇਸ ਖੇਤ ਵਿੱਚ ਰਹਿ ਰਹੀ ਹਾਂ ਮੈਂ ਇਸ ਖੇਤ ਦੇ ਕੀੜੇ ਮਾਰ ਕੇ ਖੇਤ ਨੂੰ ਬਰਬਾਦ ਹੋਣ ਤੋਂ ਬਚਾਉਂਦੀ ਹਾਂ ਕੀ ਮਾਰਦੀ ਹਾਂ ਮੈਂ ਕੀੜੇ ਮਾਰ ਕੇ ਤੇ ਖੇਤ ਨੂੰ ਬਰਬਾਦ ਹੋਣ ਤੋਂ ਬਚਾਉਂਦੀ ਹਾਂ ਆਪਣਾ ਢਿੱਡ ਭਰਦੀ ਹਾਂ ਮੇਰੀਆਂ ਪੁਸ਼ਤਾ ਇਸ ਖੇਤ ਵਿੱਚ ਹੀ ਵਸਦੀਆਂ ਰਹੀਆਂ ਹਨ ਮੇਰਾ ਕੋਈ ਕਸੂਰ ਨਹੀਂ ਹੈ ਰਾਜਾ ਚਿੜੀ ਦੀ ਗੱਲ ਸੁਣ ਕੇ ਖੁਸ਼ ਹੋਇਆ ਤੇ ਨੌਕਰਾਂ ਨੂੰ ਹੁਕਮ ਦਿੱਤਾ ਚਿੜੀ ਨੂੰ ਚਾਂਦੀ ਦੇ ਕੁੰਗਰੂ ਬਣਾ ਕੇ ਪਹਿਨਾ ਦਿਓ ਤੇ ਖੁੱਲਾ ਛੱਡ ਦਿਓ ਨਾਲ ਹੀ ਹੁਕਮ ਦਿੱਤਾ ਕਿ ਜ਼ਿਮੀਦਾਰ ਨੂੰ ਕੈਦ ਕਰ ਲਿਆ ਜਾਵੇ ਕਿਉਂਕਿ ਉਸ ਨੇ ਚਿੜੀ ਨੂੰ ਨਜਾਇਜ਼ ਤੰਗ ਕੀਤਾ ਤੇ ਉਸ ਦਾ ਦਿਲ ਦੁਖਾਇਆ ਹੈ ਹੁਣ ਜਦੋਂ ਹੀ ਰਾਜੇ ਨੇ ਚਿੜੀ ਨੂੰ ਪੁੱਛਿਆ ਤਾਂ ਚਿੜੀ ਨੇ ਕਿਹਾ ਕਿ ਮੇਰੀਆਂ ਪੁਸ਼ਤਾਂ ਇਸ ਖੇਤ ਵਿੱਚ ਨਿਵਾਸ ਕਰਦੀਆਂ ਸੀ ਤੇ ਅਸੀਂ ਮੈਂ ਕੀੜੇ ਮਾਰ ਕੇ ਆਪਣਾ ਢਿੱਡ ਭਰਦੀ ਹਾਂ ਤਾਂ ਰਾਜਾ ਉਸ ਦੇ ਜਵਾਬ ਤੋਂ ਖੁਸ਼ ਹੋਇਆ ਤੇ ਚਿੜੀ ਨੂੰ ਕੀ ਬਣਾ ਕੇ ਦਿੱਤੇ ਰਾਜੇ ਨੇ ਚਾਂਦੀ ਦੇ ਕੁੰਗਰੂ ਜਿਉਂ ਹੀ ਜ਼ਿਮੀਦਾਰ ਨੂੰ ਹਵਾਲਾਤ ਵਿੱਚ ਕੀਤਾ ਗਿਆ ਚਿੜੀ ਗੁਣਗਣਾਉਣ ਲੱਗੀ ਮੇਰੇ ਪੈਰੀ ਚਾਂਦੀ ਦੇ ਘੁੰਗਰੂ ਲਕਟੂ ਨੂਟੂ ਨੂ ਤੇਰੇ ਪੈਰੀ ਰਸੇ ਲਕਟੂ ਨੂਟੂ ਨੂ ਚਿੜੀ ਖੁਸ਼ੀ-ਖੁਸ਼ੀ ਉੱਡ ਗਈ ਤੇ ਜਾ ਕੇ ਬੱਚਿਆਂ ਕੋਲ ਰਹਿਣ ਲੱਗੀ ਪਿਆਰੇ ਬੱਚਿਓ ਆਪਾਂ ਅੱਜ ਕਾਲੀ ਮੇਰੇ ਬੱਚੇ ਕਹਾਣੀ ਪੜੀ ਇਸ ਵਿੱਚ ਕਿਸ ਤਰ੍ਹਾਂ ਜ਼ਿਮੀਦਾਰ ਚਿੜੀ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਚਿੜੀ ਕਿਸ ਤਰ੍ਹਾਂ ਬਚਦੀ ਹੈ ਇਸ ਬਾਰੇ ਆਪਾਂ ਗਿਆਨ ਹਾਸਲ ਕੀਤਾ ਧੰਨਵਾਦ